सर्च कर लो। फिर उन्होंने कल कल कमरे को कल कल अलमारी को सर्च किया तो दसिया मैं तुम्हें उही है जो कुछ लेके गए हैं। ये पंचनामा सबू दे के जाते ना लिस्ट होंगी एक तो मैं तुम लिस्ट हूँ मैं आई वुड नॉट लाइक टू डिस्क्लोज डॉक्यूमेंट्स बट आई विल टेल यू कि आ चीज़ा लेके गए डेयरिया ले गए नहीं देखो पता की गल मैनू नहीं उन्होंने कोई ना मिसबिहेव किया टीम ने ना कोई गलत गल की उन्होंने जो जो सानू मंगते रहे असं उन्होंने दो सारिया डिटेल देते रहे बट कुल मिला के आई लाइक आई सेड आउटसाइड दिस रेड कुड हैव बीन कंडक्टेड बाय अ वेरी स्मॉल ऑफिसर ऑफ द इनकम टैक्स डिपार्टमेंट अगर मेरे को फाइनैशियल डिटेल्स ही मंग रहे हैं कहते मनी लॉन्डरिंग की गल आ गई। मनी लॉन्डरिंग इज ओवरसीज अकाउंट्स ऑफ शोर अकाउंट्स लार्ज सम्स ऑफ मनीज लाइक जिदा 2-3 साल 100 करोड़ रुपया घूम रहा वा वो घूम के वा ब्लैक होकर वाइट आ रहा वा दैट इज कॉल्ड मनी लॉन्डरिंग। एडा वड्डा रेड एड्डी वड्डे अफसर मेरे पिंड खरे 15 गड्डियां गई हुई इन्हों दियां छोटी जी लड़की है ਤੇ ਮੇਰੀ ਵਾਈਫ ਦਾ ਫੋਨ ਲੈ ਕੇ 4-5 ਫੋਨ ਲੈ ਗਏ ਨੇ 2 ਲੈਪਟਾਪਸ ਲੈ ਕੇ ਵਾਪਸ ਕਦੋਂ ਕਰਨਗੇ 2-3 ਡੇਰੀਆਂ ਮੈਂ ਪਹਿਲਾਂ ਦੱਸਿਆ ਤੁਸੀਂ ਵੀ ਸਾਰੇ ਕੁਝ ਤੇ ਹੁਣ ਸੁਣੋਗੇ ਜਿਹੜੇ ਕੁਝ ਵਿਆਹ ਦੇ ਰਿਕਾਰਡ ਨਹੀਂ ਲਿਖੀ ਦਾ ਆਪਣੇ ਘਰ ਵਿੱਚ ਸਾਰੇ ਕਿ ਅਸੀਂ ਕੇਟਰਿੰਗ ਵਾਲਿਆਂ ਨੂੰ ਇੰਨਾ ਦਿੱਤਾ ਜਾਂ ਸ਼ਗਨ ਵਾਲੇ ਇੰਨਾ ਦਿੱਤਾ ਜਾਂ ਕੋਈ ਕੱਪੜੇ ਇੰਨੇ ਬਣਵਾਏ ਉਹ ਰਿਕਾਰਡ ਮੇਰੀ ਵਾਈਫ ਨੇ 2 ਡੇਰੀਆਂ ਮੇਨਟੇਨ ਕੀਤੀਆਂ ਸੀਗੀਆਂ ਮੇਰੇ ਬੇਟੀ ਦੀ ਸ਼ਾਦੀ ਦੀ 16 'ਚ ਅਤੇ ਮੇਰੇ ਬੇਟੇ ਦੀ ਸ਼ਾਦੀ ਸ਼ਾਇਦ 19 'ਚ ਉਹ ਡੈਰੀਆਂ ਵਿੱਚ ਛੋਟੇ ਛੋਟੇ ਜਿੱਦਾਂ ਤੁਸੀਂ ਆਰਾਮ ਹੋਵੋਗੇ ਇੱਕ ਇੱਕ ਪੇਜ ਸਾਈਨ ਕਰਿਆ ਜਿੱਥੇ ਲਿਖਿਆ ਨਾ ਕਿ 5 ਕਿਲੋ ਬਰਫੀ 2 ਡੱਬੇ ਕਾਜੂਆਂ ਦੇ ਉਹ ਵੀ ਸਾਈਨ ਕਰਾਏ ਉਹ ਵੀ ਰਿਕਵਰੀ ਦੇ ਵਿੱਚ ਹੀ ਆ ਮਤਲਬ ਮੇਰਾ ਸਾਡਾ ਪਰ ਮੋਬਾਈਲ ਦੱਸ ਕੇ ਨਹੀਂ ਇਦਾਂ ਨਹੀਂ ਕੀਤਾ ਮੋਬਾਈਲ ਦੱਸ ਕੇ ਮੈਂ ਵੀ ਉਹਨਾਂ ਨੂੰ ਲੋਕਾਂ ਦੇ ਬਣਾ ਦੇ ਹੁਣ ਇਹ ਹੋਇਆ ਹੋਇਆ ਸੀ ਕੋਈ ਸ਼ਰਾਰਤ ਕਰਨਗੇ ਕੋਈ ਜੇਲ੍ਹ ਚ ਜੀ ਅਸੀਂ ਉਹਨਾਂ ਨੂੰ ਪਹਿਲਾਂ ਕਹਿਤਾ ਭਾਜੀ ਬੈਠੇ ਰੰਦਾਵਾ ਸਮੇਂ ਨਾਲ ਕਿ ਤੁਹਾਡਾ ਕੀ ਹੈ ਕਿ ਤੁਸੀਂ ਸਾਡੇ ਘਰ ਵਿੱਚ ਕੁਝ ਬਾਹਰੋਂ ਲਿਆ ਕੇ ਪਲਾਂਟ ਕਰ ਦਿਓ ਡਰੱਗਸ ਕਰ ਦਿਓ ਕੁਝ ਵੀ ਕਰ ਦਿਓ ਉਹਨਾਂ ਨੇ ਸਾਨੂੰ ਆਫਰ ਕੀਤਾ ਕਿ ਸਾਡੀ ਸਰਚ ਕਰ ਦਿਓ ਵੈਸੇ ਮੇਰਾ ਦਿਲ ਤਾਂ ਨਹੀਂ ਸੀ ਕਰਦਾ ਪਰ ਫਿਰ ਮੈਂ ਆਪਣੇ ਬੰਦਿਆਂ ਨੂੰ ਕਿਹਾ ਇਹਦੀ ਸਰਚ ਕਰੀ ਲਓ ਚੰਗੀ ਤਰ੍ਹਾਂ ਸਰ ਨਹੀਂ ਕਹਿ ਰਹੇ ਸੀ ਇਹ ਪੁੱਛਿਆ ਤੁਸੀਂ ਕਿਸ ਨੂੰ ਲੈ ਕੇ ਜਾਂਚ ਕਰਨ ਆਏ ਹੋ ਇੱਥੇ ਕੀ ਦੱਸਿਆ ਉਹਨਾਂ ਨੇ ਕੋਈ ਨਹੀਂ ਉਹ ਕਹਿੰਦੇ ਜੀ ਸਾਨੂੰ ਕੁਝ ਪਤਾ ਹੀ ਨਹੀਂਗਾ ਸਾਨੂੰ ਤਾਂ ਦਿੱਲੀੋਂ ਹੁਕਮ ਆਏ ਨੇ ਇਹਨਾਂ ਦਾ ਕੋਈ ਸੈਂਟਰਲ ਹੈੱਡ ਆਫਿਸ ਆ ਸਾਨੂੰ ਹੁਕਮ ਆਇਆ ਕਿ ਤੁਸੀਂ ਇਹਨਾਂ ਦੇ ਪ੍ਰੈਮਿਸਸ ਦੇ ਉੱਤੇ ਰੇਡ ਕਰਕੇ ਸਰਚ ਕਰਨਾ ਵਾ ਸਰ ਸਰਚ ਵਾਰੰਟ ਤਾਂ ਆਪਕੋ ਦਿਖਾਇਆ ਹੋਗਾ ਕਿਸ ਬੇਸ ਤੇ ਸਰਚ ਵਾਰੰਟ ਤਾਂ ਦਿਖਾਇਆ ਉਹ ਆਪ ਬੋਲ ਰਹਾ ਹੂੰ ਕਿ ਸਰਚ ਵਾਰੰਟ ਤਾਂ ਅੰਡਰ ਸੈਕਸ਼ਨ 17 ਆਫ ਦਾ ਪੀਐਮਐਲਏ ਐਕਟ ਕਹਿੰਦਾ ਸਰ ਮੋਬਾਈਲ ਵਾਪਸ ਕਦੋਂ ਕਰਨਗੇ ਕੁਝ ਦੱਸਿਆ ਕਰੋ ਉਹਨਾਂ ਨੇ ਇਹਨਾਂ ਨੂੰ ਕੁਝ ਨਹੀਂ ਪਤਾ ਹੈ ਕਹਿੰਦੇ ਜੀ ਤੁਹਾਨੂੰ ਨੋਟਿਸ ਆਊਗਾ ਤੁਹਾਨੂੰ ਬੁਲਾਉਣਗੇ ਤੁਹਾਡਾ ਮੋਬਾਈਲ ਦੇ ਦੇਣਗੇ ਸਰ ਡਿਊਰਿੰਗ ਸਰ ਮੇਰਾ ਇਹ ਮੈਨੂੰ ਤਾਂ ਲੱਗਦਾ ਕਿ ਜਿਹੜਾ ਐਡਾ ਵੱਡਾ ਇਹਨੂੰ ਸੈਂਸੇਸ਼ਨ ਕ੍ਰੀਏਟ ਕੀਤੀ ਆ ਇਹ ਆਮ ਮੈਸੇਜ ਦਿੱਤਾ ਵਾ ਕਿ ਜੇ ਅਸੀਂ ਇੱਕ ਐਮਐਲਏ ਨੂੰ ਟਾਰਗੇਟ ਕਰ ਸਕਦੇ ਆ ਤਾਂ ਜਿਹੜੇ ਪਿੰਡਾਂ 'ਚ ਜਾਂਦੇ ਟਰਾਲੀਆਂ ਲੈ ਕੇ ਬੰਦਿਆਂ ਨੂੰ ਪਿੰਡਾਂ ਦੇ ਵਿੱਚ ਬਹਿ ਜਾਓ ਵਨ ਆਫ ਦਾ ਵੇਜ਼ ਟੂ ਮੈਸੇਜ ਨੰਬਰ 2 ਪੋਲੀਟੀਕਲ ਬੰਦਿਆਂ ਨੂੰ ਡਰਾਉਣ ਦਾ ਤਰੀਕਾ ਇਹੀ ਨਾ ਪਰਚੇ ਦਰਜ ਕਰ ਦਿਓ ਈਡੀ ਚਾੜ ਦਿਓ ਸੀਬੀਆਈ ਚਾੜ ਦਿਓ ਇਨਕਮ ਟੈਕਸ ਡਿਪਾਰਟਮੈਂਟ ਚਾੜ ਦਿਓ ਉਹ ਸਾਰਾ ਕੁਝ ਉਹਨਾਂ ਨੇ ਇਸ ਮਨਸੂਬੇ ਦੇ ਨਾਲ ਹੀ ਕੀਤਾ ਨਜ਼ਰ ਆਉਂਦਾ ਸਰ ਡਿਊਰਿੰਗ ਸਰਚ ਤੇ ਕੋਈ ਪ੍ਰਾਪਰਟੀ ਜਾਂ ਅਸੈਟ ਨੂੰ ਡਿਸਟਰੋਏ ਕਰਨ ਦੀ ਰਾਈਟ ਨਹੀਂ ਕੀਤੀ ਡਿਊਰਿੰਗ ਸਰਚ ਕਿਸੇ ਪ੍ਰਾਪਰਟੀ ਜਾਂ ਇਸ ਅਸੈਟ ਨੂੰ ਡਿਸਟਰੋਏ ਕਰਨ ਦੀ ਛੇੜਛਾੜ ਤਾਂ ਨਹੀਂ ਕੀਤੀ ਨਹੀਂ ਕੁਝ ਨਹੀਂ ਕੀਤਾ ਉਹਨਾਂ ਨੇ ਸਾਰੇ ਜਿਵੇਂ ਅਲਮਿਰਾਸ ਉਹਨਾਂ ਜਿਹੜੀ ਆਫਸਰ ਸੀਗੀ ਉਹ ਲੇਡੀ ਸੀਗੀ ਅੱਛਾ ਜੀ ਡਿਪਟੀ ਡਾਇਰੈਕਟਰ ਹੀ ਨੇ ਹਾਂ ਯਾਰ ਦੈਟ ਵੇ ਦੇ ਵਰ ਪੋਲਾਈਟ ਬਟ ਕੁਐਸਚਨ ਆਉਂਦਾ ਜਦੋਂ ਸਵੇਰੇ ਆਉਂਦੇ ਨੇ ਜਦੋਂ ਅਸੀਂ ਹਲੇ ਮੈਂ ਕੱਲ ਚਾਹ ਵਗੈਰਾ ਪੀ ਰਹੇ ਸੀ ਸਵੇਰੇ ਇਹ ਨਾ ਜਿਸ ਢੰਗ ਦੇ ਨਾਲ ਆਉਂਦੇ ਨੇ ਇਹ ਇੱਕ ਤੁਹਾਡੇ ਤੇ ਮਾਨਸਿਕ ਪ੍ਰੈਸ਼ਰ ਪਾਉਣ ਦੀ ਕਰਦੇ ਨੇ ਗੱਲ ਤੇ ਤੁਹਾਡੇ ਤੁਹਾਨੂੰ ਡਰਾਉਣ ਧਮਕਾਉਣ ਦੇ ਨਜ਼ਰੀਏ ਨਾਲ ਵੈਸੇ ਮੈਂ ਇਕੱਲਾ ਆਪਣੇ ਤੇ ਕਿਉਂ ਕਹਿੰਦਾ ਚਲੋ ਮੇਰੇ ਤੇ ਤਾਂ ਹਲੇ ਰੇਡੀ ਹੋਇਆ ਵਾ ਪਰ ਤੁਸੀਂ ਦੇਖੋ ਨਾ ਜਿਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਜਿਹਨਾਂ ਲੋਕਾਂ ਦੇ ਨੂੰ ਟੋਰਚਰ ਕੀਤਾ ਗਿਆ ਉਹ ਲੜਕੀ ਕਹਿੰਦੀ ਮੇਰੇ ਨੋਦੀਪ ਕਹਿੰਦੀ ਮੇਰੇ ਪ੍ਰਾਈਵੇਟ ਪਾਰਟਸ ਨੂੰ ਡੈਮੇਜ ਕੀਤਾ ਜਾਂ ਜੇਲ੍ਹਾਂ ਦੇ ਵਿੱਚ ਕੁੱਟੇ ਗਏ ਦਿੱਲੀ ਜੇਲ੍ਹ ਦੇ ਵਿੱਚ ਪੱਗਾਂ ਲਾਤੀਆਂ ਦਾੜੀਆਂ ਪੁੱਟੀਆਂ ਸੋ ਉਸ ਹਿਸਾਬ ਨਾਲ ਤਾਂ ਮੈਨੂੰ ਤਾਂ ਸਿਰਫ ਸਰਚ ਹੀ ਕੀਤਾ ਨਾ ਇਸ ਕਰਕੇ ਮੈਨੂੰ ਕੋਈ ਗਿਲਾ 8 ਵਜੇ ਵੀ ਆਇਆ ਤੁਹਾਡੇ ਕੋਲ ਹੈ ਮੈਸੇਜ ਤੋ ਮੈਂ ਸਮਝਦਾ ਵਾਂ ਕਿ ਜਿਨ੍ਹਾਂ ਲੋਕਾਂ ਨਾਲ ਜ਼ਿਆਦਾ ਜ਼ਿਆਦਤੀ ਹੋ ਰਹੀ ਹੈ ਸਗੋਂ ਮੇਰੀ ਹਮਦਰਦੀ ਅੱਜ ਵੀ ਉਹਨਾਂ ਦੇ ਨਾਲ ਹੈ ਉਹ ਦੇਖੋ ਨਾ ਨਵਰੀਤ ਮਾਰਿਆ ਗਿਆ ਵਿਚਾਰਾ ਇਸ ਸਟਰਗਲ ਦੇ ਵਿੱਚ ਆਪਣੇ ਤਾਂ ਰੇਡ ਹੀ ਹੋਇਆ ਨਾ ਤੁਸੀਂ ਉਹਦੀ ਹੈਲਪ ਕਰੀ ਆ ਉਹਦੇ ਪਾਸੇ ਕੀ ਹੈ ਹਾਂਜੀ ਉਹ ਇੱਕ ਜਦੋਂ ਮੁੰਡਾ ਮਾਰਿਆ ਗਿਆ ਫਿਰ ਕਈ ਵਿਚਾਰੇ ਲਾਪਤਾ ਨੇ ਤੁਹਾਡੇ ਇਕਲਾਹੀ ਪਿੰਡ ਹੈ ਖੰਨੇ 'ਚ ਉੱਥੋਂ ਦਾ ਇੱਕ ਬਜ਼ੁਰਗ ਦੁਰਾਵਰ ਸਿੰਘ ਅੱਜ ਵੀ ਲਾਪਤਾ ਵਾ ਉਹਦੀ ਲੜਕੀ ਵਿਚਾਰੀ ਇਕੱਲੀ ਇਕੱਲੀ ਟਰਾਲੀ 'ਚ ਪੋਸਟਰ ਲਾ ਰਹੀ ਆ ਸੋ ਦੇਰ ਆ ਪੀਪਲ ਹੂ ਆਰ ਫੇਸਿੰਗ ਮੱਚ ਮੋਰ ਦੈਨ ਮੀ ਦਿਸ਼ਾ ਰਵੀ ਨੂੰ ਫੜ ਲਿਆ ਜਾਂ
ह्यूमन राइट्स के होर कारकुन आए रणजीत सिंह अपने धरने तो चक के लंगर चो थानेदार ने वो पैर अपने बूट जो मूँह के उत्ते रौंद रहा वा सो उन्होंने बहुत ज़्यादा ज्यादती है। बट स्टिल आई फील के जो भी अच्छ देश की सरकार कर रही है वो अनऐलानी एमरजेंसी है इस देश की, मतलब फिर जो मैं नहीं बोल सकता फिर आम जनते आम तो बेचारा घबराऊगा ना, सौ बारी सोचूगा वो यार खैरे को फड़ लिया इन्होंने या खैरे के घर डाका मारता तो मैं कहते इवें जोर मन इट्स ओनली अ मैसेज टू डिमोरलाइज टॉरपीडो द फार्मर्स एजुकेशन। और वैसे भी पंजाब के लोगों को सुनया देंगे कि तुम अपने अधिकारों की गल इस देश में नहीं रख सकते। खैर सर की वाला कारण मनते जो तुम पार्टी बनाई थी अपनी तो एल एज ने काफ़ी फंड दिता हम चोणा हो जा रही ने आने वाले समय कसा जा रहा है पर मेरे ते उल्टा 2 करोड़ रुपए 2.5 करोड़ रुपए की एग्रीकल्चर लिमिट है, मैं हर साल 20-25 लाख रुपया ब्याज देना पैता, मेरे को ब्याज देने जो के पैसे नहीं गए, मैं कभी अपने दोस्त को मांगता कभी सन इन लॉ तो मांगता किसी तो मांगता ब्याज दे के ताकि मेरा अकाउंट NPA ना हो जाए। ਦੇਖੋ ਇਹ ਜਿਹੜਾ ਫੰਡਿੰਗ ਵਾਲਾ ਨਾ ਇਹ ਤੁਹਾਨੂੰ ਮੀਡੀਆ ਨੂੰ ਵੀ ਮੈਂ ਕਹਿਣਾ ਚਾਹੁੰਦਾ ਜਦੋਂ ਤੁਹਾਨੂੰ ਕੋਈ ਇੱਦਾਂ ਕਹਿੰਦਾ ਨਾ ਤੁਸੀਂ ਵੀ ਸੰਸਨੀ ਖਬਰ ਬਣਾਉਣ ਦੇ ਚੱਕਰ ਵਿੱਚ ਬਾਹਰੋਂ ਫੰਡਿੰਗ ਆ ਗਈ ਬਾਹਰੋਂ ਫੰਡਿੰਗ ਕੋਈ ਜਾਂਦੀ ਆ ਪੈਸੇ ਕੋਈ ਲੱਗਦੇ ਨੇ ਦਰਖਤਾਂ ਦੇ ਉੱਤੇ ਕਿ ਜਿਹੜਾ ਮਰਜ਼ੀ ਤੋੜ ਕੇ ਦੇ ਦਿੰਦਾ, ਜੇ ਬਾਹਰੋਂ ਕਿਸੇ ਨੇ ਫਰਜ਼ ਕੋਲ ਫੰਡਿੰਗ ਭੇਜੀ ਉਹਨਾਂ ਨੇ ਕਿਸਾਨ ਅੰਦੋਲਨ ਵਿੱਚ ਭੇਜੀ ਹੈ, ਉਹਨਾਂ ਨੇ ਉੱਥੇ ਚੰਗੇ ਅਰਥਾਂ ਵਾਸਤੇ ਉੱਥੇ ਲੰਗਰ ਵਾਸਤੇ ਸਪੋਰਟ ਕੀਤੀ ਆ। ਵਾਟ ਡੂ ਯੂ ਥਿੰਕ ਪੀਪਲ ਹੈਵ ਫਰੀ ਮਨੀ ਦੈਟ ਉਹ ਸਾਨੂੰ ਇੱਕ ਇੱਕ ਬੰਦੇ ਨੂੰ ਕੋਈ ਇੱਕ ਇੱਕ ਆਦਮੀ ਉੱਥੋਂ 2-2, 4-4, 10-10 crore rupees ਭੇਜਦਾ, ਇਟਸ ਇਹ ਵੀ ਮਜ਼ਾਕ ਬਣਿਆ ਹੋਇਆ ਬਾਹਰਲੀ ਫੰਡਿੰਗ ਦਾ, ਇਟ ਇਜ਼ ਨੋਟ ਲਾਈਕ ਦੈਟ ਐਟ ਆਲ। ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ ਮੈਂ ਕਿਸਾਨਾਂ ਦੇ ਜਿਹੜੇ ਆਤਮ ਹੱਤਿਆ ਕੀਤੇ ਪੀੜਤ ਪਰਿਵਾਰ ਸੀਗੇ ਮੈਂ ਉਦੋਂ ਕਾਲ ਦਿੱਤੀ ਸੀ ਉਹਨਾਂ ਨੂੰ ਕਿ ਆਓ ਯਾਰ ਮਦਦ ਕਰੀਏ ਆਪਾਂ ਕਿਸਾਨ ਦੇ ਪਰਿਵਾਰਾਂ ਦੀ, ਉਹਨਾਂ ਪਰਿਵਾਰਾਂ ਦੀ ਮਦਦ ਕਰਨ ਵਾਸਤੇ ਕੁਛ ਲੋਕਾਂ ਨੇ ਮੋਹਰੇ ਆਣ ਕੇ ਪੈਸੇ ਭੇਜੇ, ਮੈਂ ਉਹਨਾਂ ਦੇ ਜਿਹੜਾ NRI ਮੈਨੂੰ ਕੋਈ ਬੰਦਾ ਭੇਜਦਾ ਸੀ ਮੈਂ ਉਹਦੇ ਇੱਕ ਇੱਥੋਂ ਦੇ ਲੋਕਲ ਰਿਪ੍ਰੈਜੈਂਟੇਟਿਵ ਨੂੰ ਨਾਲ ਲੈ ਕੇ ਅਤੇ ਜਿਹੜੇ ਕਿਸਾਨ ਦੇ ਘਰ ਮੈਂ ਜਾਂਦਾ ਸੀ ਉੱਥੇ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਨਾਲ ਖੜਾ ਕਰਕੇ ਉਹਦੇ ਕੋਲੋਂ ਉੱਥੇ ਪੈਸੇ ਦਵਾਉਂਦਾ ਸੀ। ਇਜ਼ ਦੈਟ ਵਾਟ ਯੂ ਕਾਲ ਇੰਟਰਨੈਸ਼ਨਲ ਫੰਡਿੰਗ? ਨੈਵਰ ਡਨ ਦਿਸ। ਦੂਜੀ ਗੱਲ ਇੱਕ ਅੱਜ ਦੇ ਮੈਂ ਇਹ ਤਾਂ ਤੁਹਾਡੇ ਲਈ ਉਹਨੂੰ ਮੀਡੀਆ ਤੋਂ ਮੈਂ ਕਹਿ ਇੱਕ ਨਾ ਮੇਰੀ ਬੇਟੀ ਨੇ ਮੈਨੂੰ ਪੁੱਛਿਆ ਕਿ ਜੀ ਮੈਂ ਵੀ ਕਿਸਾਨ ਅੰਦੋਲਨ 'ਚ ਯੋਗਦਾਨ ਪਾਉਣਾ ਚਾਹੁੰਦੀ ਹਾਂ, ਕੋਈ ਚੈਰਿਟੀ ਕਰਨਾ ਚਾਹੁੰਦੀ ਹਾਂ। ਉੱਦਾਂ ਉਹਨਾਂ ਦੇ ਨਾਲ ਜੀ ਮੈਨੂੰ ਪਿਰਮਲ ਸਿੰਘ ਖਾਲਸਾ ਨੇ ਪੁੱਛਿਆ ਕਹਿੰਦਾ ਜੀ ਮੇਰੇ ਭਦੌੜ ਹਲਕੇ ਦੇ 3 ਕੈਂਸਰ ਪੇਸ਼ੈਂਟ ਹੈ, ਇਹਨੇ ਮੰਗੇ ਵੀ ਵਿਚਾਰੇ ਨੇ ਕਿੰਨੇ ਕਿੰਨੇ, ਕਹਿੰਦਾ ਜੀ ਉਹਨਾਂ ਨੂੰ 25-25 ਹਜ਼ਾਰ ਰੁਪਇਆ ਇੱਕ ਇੱਕ ਪਰਿਵਾਰ ਨੂੰ ਦੇ ਦਿਓ। ਮੇਰੀ ਬੇਟੀ ਕਹਿੰਦੀ ਅਸੀਂ ਪੈਸੇ ਦੇ ਦਿੰਦੇ। ਉਹ ਜਿਹੜੀ ਚੈਟ ਸੀ ਨਾ ਵਟਸਐਪ ਦੇ ਵਿੱਚ ਬਿਟਵੀਨ ਮਾਈ ਡਾਟਰ ਐਂਡ ਮੀ, ਮੈਂ ਉਹਨਾਂ ਦੇ ਕਹਿਦਾ ਅਕਾਊਂਟ ਨੰਬਰ ਭੇਜਿਆ ਉਹਦੇ 'ਤੇ ਲਿਖਿਆ ਉਹ ਤਾਂ ਕੈਂਸਰ ਪੇਸ਼ੈਂਟ, ਉਹ ਵੀ ਉਹਨਾਂ ਨੇ ਸਰਚ ਅਤੇ ਸੀਜ਼ਰ ਦਾ ਇੱਕ ਪ੍ਰੋਪਰਟੀ ਬਣਾ ਕੇ ਉਹਦੇ ਵਿੱਚ ਪਾ ਦਿੱਤਾ। ਹੁਣ ਦੇਖ ਲਓ ਤੁਸੀਂ ਕਿ ਇੱਕ MLA ਦੇ ਕਹਿਣ 'ਤੇ 25-25 ਜਾਂ 20 ਹਜ਼ਾਰ ਰੁਪਇਆ ਕੈਂਸਰ ਪੇਸ਼ੈਂਟ ਨੂੰ ਗਿਆ ਸਿਰ ਮਿਲਣ ਦਾ, ਕਈਆਂ ਨੂੰ 15 ਵੀ ਭੇਜਿਆ, ਤਿੰਨ ਪਰਿਵਾਰ 4 ਹੋ ਗਏ ਸੀ ਬਾਅਦ 4 ਹੋ ਗਏ, 4 ਪਰਿਵਾਰਾਂ ਨੂੰ 12,500 ਤੋਂ ਲੈ ਕੇ 30,000 ਰੁਪਏ ਦੇਣਾ ਕੋਈ ਗੁਨਾਹ ਹੈ? ਇਸ ਦਿਸ ਆਲਸੋ ਵਿਲ ਬੀ ਕਾਲਡ ਫੰਡਿੰਗ? ਵਿਲ ਦਿਸ ਬੀ ਆਲਸੋ ਕਾਲਡ ਮਨੀ ਲਾਂਡਰਿੰਗ? ਫਿਰ ਤਾਂ ਹੱਦ ਹੀ ਹੋ ਗਈ ਜੇ ਕੈਂਸਰ ਪੇਸ਼ੈਂਟ ਨੂੰ 15-20 ਹਜ਼ਾਰ ਰੁਪਇਆ ਦੇਣਾ ਮਨੀ ਲਾਂਡਰਿੰਗ ਹੈ, ਫਿਰ ਤਾਂ ਆਪਾਂ ਗੁਨਾਹਗਾਰ ਹੈਗੇ ਹੀ ਹੈਗੇ। ਖੈਰ ਸਾਹਿਬ ED ਅੱਗੋਂ ਤੋਂ ਵੀ ਇੱਦਾਂ ਹੀ ਛਾਪੇ ਮਾਰਦੀ ਹੈ, ਤੰਗ ਪਛਾਣ ਕਰਦੀ ਹੈ, ਤੁਸੀਂ ਕਿਸਾਨੀ ਅੰਦੋਲਨ ਲਈ ਇਵੇਂ ਆਵਾਜ਼ ਬੁਲੰਦ ਕਰਦੇ ਰਹੋ? ਨਹੀਂ ਮੈਂ ਤਾਂ ਆਪਣਾ ਜੋ ਮੇਰੇ ਤੇ ਨਾਲੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਮੇਰੇ ਤੇ ਪਹਿਲਾਂ ਥੋੜ੍ਹਾ ਹਮਲਾ ਹੋਇਆ ਸੀ, ਪਹਿਲਾਂ ਇੰਨੇ ਅਕਾਲੀ ਦਲ ਦੀ ਸਰਕਾਰ ਪਰਚੇ ਦਰਜ ਹੋਏ, ਕੈਪਟਨ ਸਾਹਿਬ ਨੇ ਸਿਰਫ ਰਾਣੇ ਗੁਰਜੀਤ ਦਾ ਅਸਤੀਫਾ ਦਵਾਇਆ, ਮੈਂ ਮਾਈਨਿੰਗ ਸਕੈਂਡਲ 'ਚ ਉਹਨਾਂ ਨੇ ਮੇਰੇ 'ਤੇ ਡਰੱਗਸ ਦਾ ਪਰਚਾ ਦਰਜ ਕਰਤਾ, ਪਰ ਮੇਰੀ ਆਵਾਜ਼ ਤਾਂ ਉੱਥੇ ਬਰਕਰਾਰ ਰਹੀ ਹੈ ਅਤੇ ਉਸ ਮੇਰੇ 'ਚ ਕੁਛ ਨਹੀਂ ਗਈ ਹੈ, ਉਹ ਵਾਹਿਗੁਰੂ ਦੀ ਸ਼ਕਤੀ ਆ ਜਾਂ ਕੁਦਰਤ ਬੜੀ ਬੇਅੰਤ ਆ ਕਿ ਉਹ ਮੈਨੂੰ ਇੱਕ ਸਾਹਸ ਦਿੰਦੀ ਆ, ਮੇਰੇ ਪਿੱਛੇ ਐਨਰਜੀ ਭਰਦੀ ਆ ਕਿ ਮੈਂ ਲੋਕਾਂ ਦੀਆਂ ਗੱਲਾਂ ਜੋ ਵੀ ਬੇਇਨਸਾਫੀ, ਚਾਹੇ ਯੁਆਪਾ ਵਾ, ਚਾਹੇ ਕੋਈ ਕਾਲੇ ਕਾਨੂੰਨ ਆ, ਚਾਹੇ ਕੋਈ ਨਵਰੀਤ ਸਿੰਘ ਆ, ਮੈਂ ਉਹਨਾਂ ਦੀ ਗੱਲ ਆਪਣੇ ਦਿਲੋਂ ਜੋ ਮੇਰੇ ਆਵਾਜ਼ ਆਉਂਦੀ ਮੈਂ ਆਪਣੇ ਦਿਲ ਦੀ ਆਵਾਜ਼ ਸੁਣ ਕੇ ਗੱਲ ਕਰਦਾ ਵਾਂ। ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਮੈਂ ਜਦੋਂ ਆਪਣੇ ਟੈਲੀਵਿਜ਼ਨ ਦੇ ਅੰਦਰ ਦੇਖ ਰਿਹਾ ਸੀਗਾ ਫੇਕ ਪਾਸਪੋਰਟ, ਹਿਊਮਨ ਟ੍ਰੈਫਿਕਿੰਗ, ਕਾਲੇ ਨੰਬਰ, 2 ਨੰਬਰ ਦਾ ਪੈਸਾ, ਪਤਾ ਨਹੀਂ ਡਰੱਗਸ ਦਾ ਪੈਸਾ, ਆਹ ਤੁਹਾਡੇ ਸਾਹਮਣੇ ਬੈਠਾ ਮੈਂ, ਅਤੇ ਮੇਰੇ ਕੋਲ ਪੰਚਨਾਮਾ ਜਿਹੜਾ ਮੇ ਨੋਟ ਬੀ ਏਬਲ ਟੂ ਡਿਸਕਲੋਜ਼, ਬਟ ਆਈ ਹੈਵ ਟੋਲਡ ਯੂ ਜਿਹੜੀਆਂ ਚੀਜ਼ਾਂ ਕੈਂਸਰ ਪੇਸ਼ੈਂਟ ਨੂੰ ਜਿਹੜੇ ਪੈਸੇ ਦਿੱਤੇ ਨੇ ਉਹ ਵਟਸਐਪ ਚੈਟ ਵੀ ਇਸ ਸਰਚ ਅਤੇ ਸੀਜ਼ਰ ਦਾ ਇਸ ਛਾਪੇ ਦਾ ਇੱਕ ਹਿੱਸਾ ਵਾ, ਅਤੇ ਮੈਂ ਕਿੰਨੇ ਮੇਰੇ ਬੱਚਿਆਂ ਦੇ ਵਿਆਹ ਦੇ ਉੱਤੇ ਕਿੰਨਾ ਖਰਚਾ ਕੀਤਾ, ਕਿੰਨੇ ਪੈਸੇ ਮੈਂ ਬਰਫੀ ਦੇ ਖਰਚੇ, ਕਿੰਨੇ ਮੈਂ ਕਾਜੂ ਲਿਆਂਦੇ, ਕਿੰਨਾ ਦੁੱਧ ਆਇਆ ਸਾਡੇ, ਇਨਫੈਕਟ ਕੁਦਰਤੀ ਤੁਸੀਂ ਹੈਰਾਨ ਹੋਵੋਗੇ ਕੁਛ ਡੇਅਰੀਆਂ ਵਿੱਚ ਇਹ ਵੀ ਲਿਖਿਆ ਸੀਗਾ ਕਿ ਕਈ ਵਾਰੀ ਮੇਰੀ ਵਾਈਫ ਲਿਖ ਦਿੰਦੀ ਹੋਣੀ ਆ ਕਿ ਆਹ ਜਿਹੜੇ ਅੱਜ 2500 ਰੁਪਈਆ ਰਾਸ਼ਨ ਆਇਆ ਉਹਦੇ 'ਚ ਆਹ ਆਈਟਮ ਸੀਗੀਆਂ, ਦੁੱਧ ਵੀ ਕਿੰਨਾ ਆਇਆ,
ਬਿਸਕਟ ਕਿੰਨੇ ਆਏ ਉਹ ਵੀ ਸਰਚ ਤੇ ਸੀਜ਼ਰ ਦਾ ਛਾਪੇ ਦਾ ਹਿੱਸਾ ਹੈਗਾ ਤੁਸੀਂ ਤਾਂ ਦਾਦਾ ਲਾ ਲਓ ਵਾਟ ਇਸ ਹੈਪਨਿੰਗ ਕੱਲ ਜਿਵੇਂ ਬਜਟ ਪੇਸ਼ ਹੋਇਆ ਸੀ ਅੱਜ ਮੰਨਿਆ ਜਾ ਰਿਹਾ ਤੁਸੀਂ ਉੱਥੇ ਆਓਗੇ ਤੁਸੀਂ ਉੱਥੇ ਬੋਲੋਗੇ ਲੇਕਿਨ ਅੱਜ ਈਡੀ ਦਾ ਛਾਪਾ ਪੈ ਗਿਆ ਇੱਥੇ ਤੁਸੀਂ ਜਾਣ ਨਹੀਂ ਸਕਦੇ ਤੇ ਬਜਟ ਦੇ ਉੱਤੇ ਤੁਹਾਡੀ ਕੀ ਕੀਤੀ ਹੈ ਮੈਂ ਤਾਂ ਬਜਟ ਫਿਰ ਚੰਗੀ ਤਰ੍ਹਾਂ ਐਨਾਲਾਈਜ਼ ਨਹੀਂ ਕਰ ਸਕਿਆ ਜੀ ਕੱਲ ਹੀ ਸਾਨੂੰ ਬਜਟ ਉਹਨਾਂ ਨੇ ਸੁਣਾਇਆ ਵਾ ਆਫ ਕੋਰਸ ਐਵਰੀ ਲਾਈਕ ਐਵਰੀਬਾਡੀ ਆਈ ਵੁੱਡ ਸੇ ਦੇਖੋ ਗੱਲ ਇਹ ਹੈ ਕਿ ਬਜਟ ਅੱਜ ਪਹਿਲੀ ਵਾਰੀ ਥੋੜੋ ਆਇਆ ਜੇ ਬਜਟ ਸਾਡੇ ਦੇਸ਼ ਵਿੱਚ ਮੈਂ ਕੇਂਦਰ ਦੀ ਸਰਕਾਰ ਤੋਂ ਲੈ ਕੇ ਸਾਰੇ ਸੂਬਿਆਂ ਦੀ ਗੱਲ ਕਰਦਾ ਜੇ ਸਾਡੇ ਬਜਟ ਵਾਕਈ ਹੀ ਲੋਕ ਪੱਖੀ ਹੁੰਦੇ ਤੇ ਫਿਰ ਸਾਡੇ ਪੰਜਾਬ ਜਾਂ ਦੇਸ਼ ਦੇ ਵਿੱਚ ਕਿਸਾਨ ਆਤਮ ਹੱਤਿਆ ਕਿਉਂ ਕਰਦੇ ਫਿਰ ਸਾਡੇ ਬੱਚੇ ਵਿਦੇਸ਼ਾਂ ਵਿੱਚ ਕਿਉਂ ਭੱਜਦੇ ਫਿਰ ਸਾਡੇ ਇੰਨੀ ਬੇਰੁਜ਼ਗਾਰੀ ਕਿਉਂ ਹੁੰਦੀ ਫਿਰ ਸਾਡੀ 73 ਸਾਲ ਦੀ ਆਜ਼ਾਦੀ ਤੋਂ ਬਾਅਦ ਗਲੀਆਂ ਨਾਲੀਆਂ ਇਹਨਾਂ ਬਣਨ ਮੁੱਢਲੀਆਂ ਚੀਜ਼ਾਂ ਲੋਕਾਂ ਦੀਆਂ ਸਕੂਲ ਤੇ ਹਸਪਤਾਲ ਢਹਿ ਢੇਰੀ ਹੋ ਗਏ ਨੇ ਫਿਰ ਜੇ ਬਜਟ ਚੰਗੇ ਹੁੰਦੇ ਤਾਂ ਇਸ ਕਰਕੇ ਮੇਰਾ ਇਹ ਮੰਨਣਾ ਵਾ ਕਿ ਮੋਸਟਲੀ ਬਜਟਸ ਆਰ ਫਜਿੰਗ ਆਫ ਫਿਗਰਸ ਐਂਡ ਲਫਜ਼ਾਂ ਦਾ ਹੇਰ ਫੇਰ ਉਹੀ ਸ਼ਬਦ ਹੁੰਦੇ ਮਗਰਲੇ ਬਜਟ ਦੀ ਸਪੀਚ ਚੋਂ ਕੱਢ ਕੇ ਦੇਖ ਲਓ ਉਹਨਾਂ ਨੂੰ ਐਂ ਘੁਮਾ ਕੇ ਇੱਧਰ ਪਾ ਦਿੰਦੇ ਨੇ ਜਿਹੜੇ ਉਹ ਤੋਂ ਪਿਛਲੀ ਬਜਟ ਦੇ ਸਪੀਚ ਦੇ ਹੁੰਦੇ ਉਹ ਇਹਨਾਂ ਨੂੰ ਘੁਮਾ ਕੇ ਇੱਧਰ ਕਰਦੇ ਨੇ ਜੇ ਬਜਟ ਵਾਕਈ ਹੀ ਪਾਏਦਾਰ ਹੁੰਦੇ ਤਾਂ ਫਿਰ ਲੋਕਾਂ ਦੇ ਚਿਹਰਿਆਂ ਦੇ ਉੱਤੇ ਮੁਸਕਾਨ ਹੋਣੀ ਚਾਹੀਦੀ ਸੀ ਦੈਟਸ ਆਲ ਆਈ ਕੈਨ ਸੇ